कैसे अस्सलाम है मेरे बार भाई। उम्मीद करती है कि मेरे बार भाई सब खुश होंगे, आबाद होंगे। अल्लाह ताला मेरे बार भाई खुश रखे, आबाद रखे। ਅਸੀਂ ਬੈਰੀ ਸਤਵਾਦ ਨਾਲ ਅੱਜ ਦਾ ਵਲੋਗ ਦਾ ਕਰਦੀ ਹਾਂਗਾ। ਜਿੰਨਾ ਮੇਰੇ ਘਰ ਭਾਈਆਂ ਨੇ ਨਸੀਬ ਮੌਕੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਕਰ ਲਓ, ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਪਰ ਵਕਤ ਮੇਰੇ ਘਰ ਭਾਈਆਂ ਦੀ ਪਹੁੰਚਦੀ ਹੈ। ਅੱਛਾ ਜੀ, ਸੁਬਹ ਸੁਬਹ ਦਾ ਟਾਈਮ ਆ, 7:30 ਦਾ ਬੱਚੇ ਜਾ ਰਹੇ ਸਕੂਲ। ਸਵੇਰਾ ਬੇਟੀ ਵੀ ਤਿਆਰ ਹੋ ਗਈ ਅਤੇ ਹਾਜ਼ਰੀਆ ਵੀ, ਹਾਜ਼ਰੀਆ ਨੇ ਕੈਮਰਾ ਫੁਕੜਿਆ ਹੋਇਆ ਅਤੇ ਹਾਜ਼ਰੀਆ ਬੇਟੀ ਆਪਣੀ ਚੁੱਗੀ ਕਰਨ ਲਈ ਅਤੇ ਸਾਹਮਣੇ ਬੇਟੀ ਨੂੰ ਖਾਂਸੀ ਆ। ਘਰ ਮਾਮੂ ਨੇ ਲੈ ਕੇ ਬੋਤਲ ਪਿਲਾ ਦਿੱਤੀ ਅਤੇ ਬੋਤਲ ਨਾਲ ਨਾ ਇਹਦਾ ਗਲਾ ਖਰਾਬ ਹੋ ਗਿਆ ਅਤੇ ਹੁਣ ਖਾਂਸੀ ਬਹੁਤ ਹੋਈ, ਬੁਖਾਰ ਵੀ ਹਲਕਾ ਹਲਕਾ ਅਤੇ ਚਾਹੇ ਨਾਲ ਬਿਸਕੁਟ ਖਾਂਦੇ ਹੀ ਅਤੇ ਮੌਸਮ ਵੀ ਅੱਜ ਸਰੇਰ ਪਈ ਆ, ਪਈ ਧੁੰਦ ਅਤੇ ਹਵਾ ਠੰਡੀ ਠੰਡੀ ਚੱਲ ਰਹੀ। ਬਾਕੀ ਹੁਣ ਬੱਚਿਆਂ ਨੂੰ ਆਸ਼ਾ ਕਰਨੀ ਸਕੂਲੇ ਭੇਜਦੀ ਹਾਂ। ਹੋ ਗਏ ਤਿਆਰ, ਮਾਸ਼ਾਅੱਲਾ ਸਕੂਲ ਜਾ ਰਹੇ, ਨਾਸ਼ਤਾ ਵਗੈਰਾ ਇਹਨਾਂ ਨੂੰ ਕਰਾ ਦਿੱਤਾ ਅਤੇ ਮੈਂ ਵੀ ਨਾਸ਼ਤਾ ਹੁਣ ਕਰਨ ਲੱਗੀ ਅਤੇ ਬੱਚਿਆਂ ਨੂੰ ਤਾਂ ਕਰਾ ਦਿੱਤਾ ਅਤੇ ਅੱਗ ਜਲਾਈ ਸੀ ਬਾਹਰ ਅਤੇ ਬਸ ਜਲਾ ਤਾਂ ਲਈ ਅਤੇ ਧੁੰਦ ਪਈ ਹੋਈ ਹੈ ਅਤੇ ਹਵਾ ਵੀ ਠੰਡੀ ਠੰਡੀ ਚੱਲਦੀ, ਬਹੁਤ ਤੰਗ ਹੋਏ। ਨਾਸ਼ਤਾ ਬਹੁਤ ਔਖਾ ਬਣਿਆ ਕਿਉਂਕਿ ਹਵਾ ਚੱਲਦੀ ਸੀ, ਧੂੰਆਂ ਪੈਂਦਾ ਸੀ ਬੱਚਿਆਂ ਦੀਆਂ ਅੱਖਾਂ 'ਚ ਅਤੇ ਹੁਣ ਜਾਨੀ ਬੱਚਿਆਂ ਨੂੰ। ਚਲੋ ਬੱਚੋ, ਅੱਲਾ ਹਾਫਿਜ਼। ਚਲੋ ਮਾਸ਼ਾਅੱਲਾ, ਭਾਈਆਂ ਕੋਲ ਜਿੰਨੇ ਦਿਨ ਰਹੇ ਅਤੇ ਧੁੱਪ ਬਹੁਤ ਤੇਜ਼ ਨਿਕਲਦੀ ਰਹੀ ਅਤੇ ਘਰ ਆਉਂਦੇ ਗਏ ਅਤੇ ਫਿਰ ਧੁੰਦ ਸ਼ੁਰੂ ਹੋ ਗਈ, ਝੜੀਆਂ ਸ਼ੁਰੂ ਹੋ ਗਈਆਂ ਅਤੇ ਭਾਈਆਂ ਕੋਲ ਮਾਸ਼ਾਅੱਲਾ ਧੁੱਪ ਨਿਕਲਦੀ ਰਹੀ। ਮਾਸ਼ਾਅੱਲਾ, ਅੱਲਾ ਹਾਫਿਜ਼, ਤੇਜ਼ ਧੁੱਪ ਨਿਕਲਦੀ ਰਹੀ। ਚਲੋ ਭਾਜੋ ਭਾਜੋ, ਪਹਿਲਾਂ ਚੱਲ ਜਾਓਗੇ ਨਾ, ਇੰਨੀ ਖਾਸ ਨਹੀਂ, ਧੁੰਦ ਚੱਲ ਜਾਓਗੇ। ਹਾਂਜੀ, ਧੁੰਦ ਹੈ ਤਾਂ ਹੈ, ਬਾਕੀ ਕੋਈ ਚੀਜ਼ ਨਹੀਂ ਨਜ਼ਰ ਆ ਰਹੀ, ਮਸਜਿਦ ਵੀ ਨਹੀਂ ਨਜ਼ਰ ਆ ਰਹੀ, ਸਕੂਲ ਵੀ, ਅਤੇ ਫਿਰ ਧੁੰਦ ਪੈ ਗਈ। ਜਮਸ਼ੇਦ ਬੇਟਾ ਵੀ ਹੁਣ ਨਾਸ਼ਤਾ ਕਰਕੇ ਤਿਆਰ ਹੋਣ ਦਿਆ, ਉਹਨੂੰ ਵੀ ਜਾ ਕੇ ਨਾਸ਼ਤਾ ਉਹਨੇ ਕਰ ਲਿਆ ਤਿਆਰ ਹੋਣ ਦਾ ਸਕੂਲ ਵਾਸਤੇ। ਅਤੇ ਧੁੰਦ ਦੇਖੋ ਕਿੰਨੀ ਜ਼ਿਆਦਾ ਪਈ ਹੈ, ਭਾਈਆਂ ਕੋਲ ਜਿੰਨੇ ਦਿਨ ਰਹੇ ਅਤੇ ਗਰਮੀ ਇੰਨੀ ਲੱਗਦੀ ਸੀ ਬੱਚਿਆਂ ਦੀਆਂ, ਮੈਂ ਜਰਸੀਆਂ ਲਈਆਂ ਸੀ ਬੱਚਿਆਂ ਨੇ, ਨਾ ਜਰਸੀਆਂ ਪਾਈਆਂ ਨਾ ਟੋਪੀਆਂ ਲਈਆਂ, ਧੁੱਪ ਬੜੀ ਤੇਜ਼ ਦਿਖਾਈ, ਨੱਕਾਂ ਤਿਕਰ ਇਹਨਾਂ ਨੇ ਉੱਥੇ ਲਾਤੀਆਂ, ਕਹਿੰਦੀਆਂ ਮੰਮਾ ਸਾਨੂੰ ਗਰਮੀ ਲੱਗਦੀ, ਨੀਚੇ ਉਹ ਨਹਾਈ ਨੱਕਾਂ ਵੀ ਇਹਨਾਂ ਨੇ ਲਾਤੀਆਂ ਸੀ ਅਤੇ ਘਰ ਆਏ ਅਤੇ ਦੇਖੋ ਫਿਰ ਧੁੰਦ ਹੁੰਦਾ ਹੀ। ਅਸੀਂ ਧੁੰਦ ਧੁੰਦ ਹੀ ਪਈ ਹੋਈ ਬਹੁਤ ਜ਼ਿਆਦਾ। ਚੱਲ ਆ ਜਾਓ, ਜਾਨੀ ਆ ਜਾ ਪਰ, ਅਤੇ ਬਾਕੀ ਸਬਜ਼ੀ ਵੀ ਮਾਸ਼ਾਅੱਲਾ ਮੇਰੇ ਪਿੱਛੋਂ ਬਹੁਤ ਪਿਆਰੀ ਹੋ ਗਈ। ਮਾਸ਼ਾਅੱਲਾ ਧੁੱਪਾਂ ਨਿਕਲੀਆਂ ਨਾ, ਧੁੱਪਾਂ ਨਾਲ ਮਾਸ਼ਾਅੱਲਾ ਅੱਛੀ ਹੋ ਗਈ। ਥੋੜ੍ਹੀ ਜਿਹੀ ਮੂੰਗਰੇ ਵੀ ਮਾਸ਼ਾਅੱਲਾ ਲੱਗਿਆ ਕਰਨਗੇ, ਮੇਰੀ ਫੇਵਰੇਟ ਆ ਮੂੰਗਰੇ, ਅਤੇ ਤੋੜ ਕੇ ਪਕਾਇਆ ਕਰੂੰਗੀ ਮਾਸ਼ਾਅੱਲਾ। ਮੂੰਗਰੇ ਵੀ ਕਾਫੀ ਵੱਡੇ ਹੋ ਗਏ, ਮੇਥੀ ਵੀ ਅਤੇ ਪਾਲਕ ਵੀ, ਨਹੀਂ ਤਾਂ ਮੈਂ ਕਹਿੰਦੀ ਸੀ ਨਾ ਲਸਣ ਤੋੜਦਾ ਵਾ ਨਾ ਭੂਕਾ ਦੂਸਰਾ ਧਨੀਆ ਲੱਭਦਾ ਵੇਖਣ ਨੂੰ, ਕਿਉਂਕਿ ਦੱਬੀ ਹੋਈ ਸੀ ਸਬਜ਼ੀ ਧੁੱਪ ਦੀ ਵਜ੍ਹਾ ਤੋਂ, ਧੁੱਪ ਨਹੀਂ ਸੀ ਨਿਕਲਦੀ ਸਰਦੀ ਦੀ ਵਜ੍ਹਾ ਤੋਂ, ਨਾ ਲਸਣ ਹੁੰਦਾ ਸੀਗਾ ਅਤੇ ਨਾ ਹੀ ਧਨੀਆ ਹੁੰਦਾ ਸੀ। ਮਾਸ਼ਾਅੱਲਾ ਮੇਥੀ ਪੂਰਾ ਨਿੱਕੀ ਨਿੱਕੀ ਹੁੰਦੀ ਸੀ ਅਤੇ ਮੇਥੀ ਦੇਖੋ ਕਿੰਨੀ ਵੱਡੀ ਵੱਡੀ ਹੋਈ, ਪਾਲਕ ਉਹ ਪਰਾ ਮੇਥੀ ਉਹ ਵੀ ਮਾਸ਼ਾਅੱਲਾ ਵੱਡੀ ਵੱਡੀ ਹੋਈ ਅਤੇ ਥੋਮ ਵੀ ਮਾਸ਼ਾਅੱਲਾ ਅੱਛਾ ਹੋ ਗਿਆ ਅਤੇ ਧਨੀਆ ਵੀ ਬਹੁਤ ਜ਼ਿਆਦਾ ਹੋਇਆ। ਆਸਤਾ ਆਸਤਾ ਧੁੱਪ ਨਿਕਲਦੀ ਰਹੀ ਨਾ ਕਾਫੀ ਦਿਨਾਂ ਤੋਂ। ਚਲੋ ਆ ਜਾਓ ਬੇਟੇ, ਸ਼ਾਮੀ ਬੈਠੇ ਆ ਜਾਓ। ਨਾਸ਼ਤਾ ਕਰ ਲਿਆ ਅਤੇ ਹੁਣ ਮੈਂ ਪੀਨੀ ਚਾਹੇ ਆਪਣੇ ਮੱਗੇ ਦੇ ਵਿੱਚ, ਉੱਧਰ ਮੱਗੇ ਲੈ ਕੇ ਆਈ ਸੀ ਅਤੇ ਆਪਦੇ ਮੱਗੇ 'ਚ ਚਾਹ ਪੀਨੀ। ਹਾਂਜੀ ਬੇਟਾ, ਹੋ ਗਿਆ ਤਿਆਰ, ਕੀ ਲੈਣਾ ਹੁਣ? ਜਮਸ਼ੇਦ ਬੇਟਾ ਵੀ ਤਿਆਰ ਹੋ ਗਿਆ ਅਤੇ ਕਹਿੰਦਾ ਮੰਮਾ ਬਸ ਸ਼ੂਜ਼ ਪਾਣੇ, ਹੁਣ ਹੌਲੀ ਹੌਲੀ ਸਫਾਈ ਕਰਦੀ ਹੈ। ਆ ਕੁਰਸੀਆਂ ਸਾਰੀਆਂ ਅਤੇ ਕੱਪੜੇ ਪਏ ਹੋਏ, ਆ ਬੈਗ ਵਾਲੇ ਵੀ, ਦੂਸਰੇ ਵੀ, ਪਹਿਲੋਂ ਦੇ ਵੀ ਜਾਂਦੇ ਲਾ ਕੇ ਮੈਂ ਇੱਕ ਜਗ੍ਹਾ 'ਤੇ ਰੱਖ ਕੇ ਕੁਰਸੀ 'ਤੇ ਕੱਪੜਾ ਪਾ ਗਈ ਸੀ ਅਤੇ ਨਾਲੇ ਹੁਣ ਪਲੇਟਾਂ ਧੋਤੀਆਂ, ਕੋਲੀ ਛੋਕ ਕੇ ਚਲਾਉਣੀ ਹੈ, ਮੱਗਾ ਲਾਉਣਾ ਅਤੇ ਪਲੇਟਾਂ ਧੋ ਲਾਉਣੀਆਂ ਅਤੇ ਚੁੱਲ੍ਹਾ ਰੱਖਿਆ ਕੋਲੇ ਕਮਰੇ 'ਚ, ਮਾੜੀ ਮਾੜੀ ਅੱਗ ਆ ਉੱਤੋਂ, ਜ਼ਿਆਦਾ ਨਹੀਂ ਹੈ ਕਿਉਂਕਿ ਉਹ ਅੱਗ ਖੁੱਲ੍ਹ ਕੇ ਨਹੀਂ, ਬੜੀ ਹਵਾ ਚੱਲਦੀ ਰਹੀ ਹੈ ਅਤੇ ਬਸ ਥੋੜ੍ਹੀ ਜਿਹੀ ਨੋਰਮਲ ਜਿਹੀ ਬਣੀ, ਨਾਸ਼ਤਾ ਮਾੜਾ ਮੋਟਾ ਹੋ ਗਿਆ, ਬਸ ਚੁੱਲ੍ਹੇ ਦਾ ਸੇਕਾ ਜਿਹਾ ਕੋਲੇ, ਕਮਰਾ ਬੰਦ ਕਰਦੀ ਅੰਦਰੋਂ ਅਤੇ ਕਮਰੇ ਦੀ ਹੁਣ ਸਫਾਈ ਕਰਦੀ ਅਤੇ ਬਾਕੀ ਧੁੰਦ ਬਹੁਤ ਬਾਹਰ, ਅੱਜ ਅੱਜ ਨਹੀਂ ਧੁੱਪ ਨਿਕਲਣੀ। ਅੱਛਾ ਜੀ, ਮਾਸ਼ਾਅੱਲਾ ਆਉਂਦੀ ਨੇ, ਮਸ਼ੀਨ ਲਾਉਣੀ ਸੀ ਉੱਥੇ ਭਾਈਆਂ ਕੋਲੋਂ ਅਤੇ ਸਾਰਿਆਂ ਨੇ ਬੇੜ ਕੇ ਲਈ ਸੀ, ਮੈਂ ਕੋਈ ਕੱਪੜਾ ਨਹੀਂ ਸੀ ਛੱਡਿਆ ਧੋਣ ਵਾਲਾ, ਬਸ ਉਹ ਹੀ ਸੀ ਇੱਕ ਮੇਰਾ ਸੀ ਲਾਉਣ ਧੋਣ ਵਾਲਾ, ਉਸ ਤਰ੍ਹਾਂ ਕੰਮ ਲਾਇਆ ਅਤੇ ਜਾ ਕੇ ਇੱਕ ਬੱਚਿਆਂ ਦਾ ਸੀ ਅਤੇ ਘਰ ਆਈ ਹਾਂ, ਘਰ ਬੱਚਿਆਂ ਦੇ ਇੱਕ ਸੂਟ ਜਾਂਦੇ ਲਾ ਗਏ ਸੀ ਕੁਛ ਇੱਧਰ ਉੱਧਰੋਂ, ਫੁੱਲਦਿਆਂ ਫੁੱਲਦਿਆਂ ਮਾਸ਼ਾਅੱਲਾ ਦੋ ਤਿੰਨ ਫੂਲ ਨਿਕਲ ਆਏ ਅਤੇ ਨਾਲ ਬੈਡ ਸ਼ੀਟ ਦੀ ਚਾਦਰ ਲਈ, ਉਹ ਵੀ ਮੈਲੀ ਹੋਈ ਸੀ ਉਹ ਵੀ ਲਾ ਲਈ, ਘਰ ਆ ਕੇ ਨਾ ਕਹਿੰਦੇ ਨੀ ਉਹ ਘਰ ਔਰਤਾਂ ਨੂੰ ਹੁੰਦਾ ਵਾ ਘਰ ਕਿਤੇ ਚਲ ਜਾਂਦੇ, ਆ ਕੇ ਹੁੰਦਾ ਵੀ ਮੈਂ ਸਫਾਈਆਂ ਕਰ ਲਵਾਂ,
ਮੈਂ ਆਈ ਉਹੀ ਮੈਨੂੰ ਲਾਲਚ ਲੱਗ ਗਿਆ ਵੀ ਮੈਂ ਇੱਥੋਂ ਵੀ ਲਾ ਲਾ ਖਾਣਾ ਜਿੱਥੋਂ ਵੀ ਲਾ ਲਾ ਤੇ ਮੈਂ ਕਿਹਾ ਚੱਲ ਸਫਾਈ ਕਰ ਲਵਾਂ ਅੱਜ ਜੀ ਬੈਠੇ ਤੁਸੀਂ ਨਿਮਤ ਵੀ ਥੋੜ੍ਹੀ ਤਬੀਅਤ ਖਰਾਬ ਉਹਦੇ ਮੋੜ ਪੱਠੇ ਨੂੰ ਕਿਹਾ ਥੋੜ੍ਹੀ ਜਿਹੀ ਮਾਲ ਬਣ ਲਾ ਬਾਹਰੋਂ ਫਿਰ ਝਾੜੂ ਵੇਰੇ ਚਲਾਨੀ ਹੈ ਨਾਲ ਨਾਲ ਸਫਾਈ ਕਰੀ ਜਾਂਦੀ ਨਾਲ ਨਾਲ ਮੈਂ ਕਮਰਾ ਸਾਫ਼ ਕੀਤਾ ਵਾ ਬਰਤਨ ਵੀ ਧੋਤੇ ਆ ਕਮਰੇ ਦੀ ਸਫਾਈ ਕੀਤੀ ਨਾਲ ਨਾਲ ਝਾੜੂ ਸੇਂਹ ਤੇ ਦਿੱਤੀ ਆ ਅੱਧੀ ਦੇ ਲਈ ਅੱਧੀ ਰਹਿ ਗਈ ਬਰਾਂਡੇ 'ਚ ਦੇ ਕੇ ਆਈ ਅਤੇ ਨਾਲ ਨਾਲ ਕੱਪੜੇ ਧੋਈ ਲੈਂਦੀ ਮੈਂ ਕਿਹਾ ਜਿਹੜੇ ਮੋਟੇ ਇਹਨਾਂ ਨੂੰ ਪਹਿਲਾਂ ਸਿੱਟ ਦਿੰਦੀ ਹਾਂ ਕਿਉਂਕਿ ਧੁੱਪ ਤੇਜ਼ ਹੈ ਸੁੱਕ ਜਾਣ ਫਿਰ ਵੇਰੇ ਸਿੱਧਾ ਝਾੜੂ ਬਸ ਮੌਸਮ ਚੇਂਜ ਹੋ ਗਿਆ ਵੀ ਹੁਣ ਬਸ ਇਹਨਾਂ ਦੇ ਸਿੱਟ ਦਵੋ ਪੇਟੀ 'ਚ ਕੱਪੜੇ ਗਰਮ ਸਭ ਵੀ ਗਰਮ ਕੱਪੜੇ ਅੱਗੇ ਨਾਲ ਇਹਨਾਂ ਨੂੰ ਸਿੱਟ ਦਵੋ ਪੇਟੀ 'ਚ ਥੋੜ੍ਹੇ ਇੱਕ ਇੱਕ ਸੂਟ ਰੱਖ ਲਓ ਕਹਿੰਦੀ ਜਦੋਂ ਮਸ਼ੀਨ ਲਾਉਂਦੇ ਮੇਰੇ ਨਾਲ ਵੀ ਜ਼ਿਆਦਾ ਤੁਹਾਡੇ ਕੱਪੜੇ ਹੋ ਜਾਂਦੇ बस जिन्ने फिर बाहर होन उन्ने पा हुंदे उन्ने फिर धोण वाले हो जांदे माशाल्लाह धुप तेज हुंदी ना हुण गरम कपड़े हुण पैंदे नहीं गे ਸਵੇਰਾ ਹੁਣਾਂ ਨੇ ਅੱਜ ਅੱਜ ਮਛੇਦ ਨੇ ਨਾ ਥੱਲੋਂ ਹਾਈ ਨੱਕਾ ਵੀ ਪਾਰ ਚ ਕਰਨੀ ਜੀ ਆ ਰਹੀਆਂ ਕਹਿੰਦੇ ਮੰਮਾ ਗਰਮੀ ਲੱਗਦੀ ਹੈ ਹਾਂਜੀ ਧੁੱਪ ਚੁੱਭਦੀ ਬਹੁਤ ਕੋਨੀ ਤੋਂ ਨੇ ਪੈਣਾ ਰਲ ਮਿਲ ਕੇ ਕਰ ਲਈ ਤਾਂ ਤਸਲੀਮ ਨੂੰ ਬਸ ਪੱਠਿਆਂ ਦੇ ਖਚਾਉਂ ਦਾ ਮਸਲਾ ਵਾ ਬਸ ਉਹਦੇ ਪੱਠਿਆਂ ਦੇ ਖਚਾ ਰਹਿੰਦਾ ਹਾਂਜੀ ਕੱਲ ਦਾ ਤੇ ਆਪੀ ਬਹੁਤ ਜ਼ਿਆਦਾ ਵਾ ਬੜੀ ਰਾਤ ਔਖੀ ਹੈ ਨਾ ਗੁਜ਼ਰੀ ਚਾਵਲ ਵੀ ਨਹੀਂ ਵਿਚਾਰੀ ਖਾ ਸਕਦੀ ਜੇ ਤੇ ਖਾ ਲਵੇ ਤਾਂ ਉਹ ਚਾਵਲ ਵਾਲਾ ਵੀ ਦਰਦ ਹੋ ਜਾਂਦਾ तंदरुस्ती चल तुसी ਜ਼ਿੰਦਗੀ ਔਖੀ ਹੈ ਦਿਲ ਦਾ ਰਲ ਮਿਲ ਕੇ ਪਿਆਰ ਮੁਹੱਬਤ ਨਹੀਂ ਲੰਘਣੀ ਨਾਲੇ ਅਸੀਂ ਭੈਣਾਂ ਹੈ ਗਿਆ ਸਾਡੇ 'ਚ ਕੀ ਫਰਕ ਹੈ ਭੈਣਾਂ ਭੈਣਾਂ 'ਚ ਭੈਣਾਂ ਤੇ ਇੱਕ ਦੂਜੇ ਦੇ ਦੁੱਖ ਸੁੱਖ ਵਾਲ ਕੇ ਹੁੰਦੀਆਂ ਭੈਣ ਦਾ ਇਸੇ ਤੋਂ ਜ਼ਿੰਦਗੀ ਵਿੱਚ ਬੰਦੇ ਦਾ ਹੁੰਦਾ ਵੀ ਚਲੋ ਭੈਣ ਹੋਵੇ ਬੰਦਾ ਦੁੱਖ ਸੁੱਖ ਹੋਣਾ ਨਾਲ ਇੱਕ ਦੂਜੀ ਦਾ ਅਹਿਸਾਸ ਕਰਕੇ ਆਪਦਾ ਕਰ ਲਈਦਾ ਹਾਂਜੀ ਤੁਸੀਂ ਗਏ ਭਾਈਆਂ ਕੋਲੋਂ ਤੇ ਮੈਨੂੰ ਦੋ ਦਿਨ ਘਰ ਹੀ ਲੱਗਦਾ ਰਿਹਾ ਵੱਡ ਵੱਡ ਖਾਂਦਾ ਰਿਹਾ ਦਿਲ ਕਰਦਾ ਸੀ ਬਸ ਇੱਥੋਂ ਨਿਕਲ ਜਾਵਾਂ ਇੰਨਾ ਦਿਲ ਮੇਰਾ ਦਾਸ ਹੋਇਆ ਇਹਨਾਂ ਲੱਗਦਾ ਸੀ ਭਾਈ ਕੰਮ ਤੇ ਚੱਲ ਜਾਂਦੇ ਬਸ ਦੋ ਜਾਣੀਆਂ ਹੁੰਦੀਆਂ ਬੱਚੇ ਸਕੂਲ ਚੱਲ ਜਾਂਦੇ ਚੱਲ ਦੋ ਸੋਕ ਦੀ ਕਰਦੇ ਰਹੀਦਾ ਇਕੱਠੀਆਂ ਤੂੰ ਫਿਰ ਇਕੱਲੀ ਇਕੱਲੀ ਸੀ ਦਿਲ ਹੀ ਨਹੀਂ ਲੱਗਿਆ ਸਹੀ ਤਰ੍ਹਾਂ ਬਸ ਤੁਸੀਂ ਜਾਈਏ ਉਹਨਾਂ ਦਾ ਭਾਈ ਆਉਂਦਾ ਵੀ ਟੀਕਾ ਲਵਾ ਕੇ ਗੋਰ ਦਾ ਚੱਕਰਾ ਹਾਂਜੀ ਲਾ ਕੇ ਹੁੰਦੀ ਤਾਂ ਫਿਰ ਬੱਚੇ ਛੋਟੇ ਛੋਟੇ ਕਿਹੜਾ ਸਰਦਾ ਪਿਆ ਨਾਸ਼ਤਾ ਬਣਾਇਆ ਤੂੰ ਚਾਰੀ ਤੋਂ ਭਾਜੀ ਪਈ ਜਿਸ ਤੇਰੇ ਸੁਣ ਉੱਠੀ ਹੈ ਗੋਲੀਆਂ ਖਾਧੀਆਂ ਹਾਂਜੀ ਬਾਂ ਵਗੈਰਾ ਵੀ ਲਾਇਆ ਗਰਦਨ ਨੂੰ ਪੱਟਿਆਂ ਨੂੰ ਤੇ ਪਰ ਕੋਈ ਫਰਕ ਨਹੀਂ ਲੱਗਿਆ ਦਵਾਈ ਲੈਣ ਵੀ ਚਲ ਜਾਓ ਇੰਨੀ ਤੇ ਦਵਾਈ ਦੇ ਦਿੰਦੇ ਮੇਰੇ ਕੋ ਤਸਲੋ ਨਹੀਂ ਕਾ ਹੁੰਦੀ ਫਿਰ ਤਾਏ ਨਿਕਲ ਹੁੰਦੇ ਜੀ ਮੈਦੇ ਚ ਫਿਰ ਗਰਮੀ ਇੰਨੀ ਹੋ ਜਾਂਦੀ ਜਦਵਾਰ ਵੀ ਸਾਰੀ ਟੁੱਟੀ ਪਈ ਹੈ ਅੱਲਾ ਕਰੇ ਰੋਜ਼ਿਆਂ ਦੇ ਵਿੱਚ ਕੋਈ ਭੈਣ ਭਾਈ ਮੇਰੀ ਸਪੋਰਟ ਕਰਨ ਮੈਂ ਉਮੀਦ ਕਰਦੀ ਵੀ ਰੋਜ਼ਿਆਂ ਦੇ ਵਿੱਚ ਮਜਬੂਰ ਭੈਣ ਤੇ ਤੁਹਾਡੀ ਬੇਵਾ ਵਾ ਛੋਟੇ ਛੋਟੇ ਬੱਚਿਆਂ ਦਾ ਸਾਥ ਆ ਕਿਉਂਕਿ ਗਰਮੀ ਨੂੰ ਮੈਂ ਖਾਣਾ ਵੀ ਉੱਪਰ ਬਣਾਉਣਾ ਤੇ ਪੈਣਾ ਵੀ ਉੱਪਰ ਹੀ ਆ ਤੇ ਬਹੁਤ ਜ਼ਿਆਦਾ ਦਿਮਾਗ ਖਰਾਬ ਹੋਈ ਪਈ ਆ ਵਾ ਸਾਰੀ ਨਿਕਲੀ ਪਈ ਜਾਣੀ ਕਿ ਸੀਮਣ ਦਾ ਕੱਟੂ ਹੋਵੇ ਤੇ ਥੋੜ੍ਹੀ ਜਿਹੀ ਉਧਾਰ ਕੇਤ ਹੋਵੇ ਤੇ ਤੋੜ ਦੀ ਕਲਪਣ ਦਾ ਉੱਤਾ ਉੱਤਾ ਹੋ ਜਾਵੇ ਇੱਧਰੋਂ ਇੱਧਰ ਦੀ ਸਾਹਿਬ ਤੋਂ ਹੋਵੇ ਵੇਖ ਕੇ ਇੱਕ ਵਾਰ ਬੰਦਾ ਇੱਧਰ ਦੇ ਦੇਵੇ ਕਿਉਂਕਿ ਫਿਰ ਬੱਚੀਆਂ ਵੀ ਜਵਾਨ ਹੁੰਦੇ ਅੱਜ ਛੋਟੀਆਂ ਕੱਲ੍ਹ ਨੂੰ ਮਟੀਆਂ ਚਲੋ ਪੜਦਾ ਸੋਹਣਾ ਹੋ ਜੂਗਾ ਕਿਉਂਕਿ ਗਰਮੀਆਂ ਨੇ ਮੈਂ ਪੈਣਾ ਵੀ ਉੱਪਰ ਕਰਨਾ ਵਾ ਖਾਣਾ ਪਕਾਉਣਾ ਵੀ ਉੱਪਰ ਹੀ ਕਰਿਆ ਕਰਨਾ ਤੇ ਬਹੁਤ ਜਵਾਨ ਦਾ ਬੁਰਾ ਹਾਲ ਹੋਇਆ ਪਿਆ ਤੇ ਨਾਲ ਇੱਧਰ ਕ੍ਰੇਸ਼ੀ ਲੋਕ ਰਹਿੰਦੇ ਆ ਨਾਲ ਮਸਾਏ ਸਰਾਏ ਦੇਖ ਕੇ ਤੁਹਾਨੂੰ ਪਤਾ ਬੱਚੀਆਂ ਅੱਜ ਛੋਟੀਆਂ ਕੱਲ੍ਹ ਨੂੰ ਉਹਨਾਂ ਨੇ ਵੱਡੀਆਂ ਵੀ ਹੋਈਆਂ ਤੇ ਮੇਰੇ ਭੈਣ ਭਾਈ ਮੇਰੀ ਸਪੋਰਟ ਕਰਨ ਰੋਜ਼ਿਆਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਰਨ ਤੇ ਮੈਂ ਆਪਣਾ ਕਿਚਨ ਵੀ ਬਣਾ ਲਵਾਂ ਪਰਾਂਦਾ ਵੀ ਇੱਥੇ ਬਣਾ ਲਵਾਂ ਉੱਪਰੋਂ ਆਪਦੀ ਚਾਰ ਦੀਵਾਰੀ ਵੀ ਕਰ ਸਕਾਂ ਮੇਰੇ ਭੈਣ ਭਾਈ ਸਪੋਰਟ ਕਰਨ ਸਾਰਿਆਂ ਦੀ ਕਰਨ ਜਿਹੜਾ ਮਜਬੂਰ ਭੈਣ ਭਰਾ ਉੱਥੇ ਵੀ ਕਰਨ ਹਾਂਜੀ ਤੇ ਮੇਰੇ ਵਗਰੀ ਜੀ ਵੀ ਜ਼ਰੂਰ ਕਰਨ ਮੈਂ ਵੀ ਹੱਕਦਾਰ
नहीं साया कमाने वाला हैगा सिर ते शोल दा साया वा ते अल्लाह मियां कर दी सी दवे ज्यादा तो ज्यादा सपोर्ट करा कर बस कपड़े तो नहीं हुन किन्ने कि रह गए आपके कपड़े बस फिर एक ही पूल रह गया एक विच पाया ते एक बार बस ज्यादा तो ना उतारो फिर कल तुसी आए ते थकावट नाल ਫੇਰ ਤਬੀਅਤ ਖਰਾਬ ਹੋ ਜੂ ਬਸ ਕਰ ਬਸ ਭਾਈ ਨੇ ਕੋਲ ਹੀ ਲਿਆ ਬੋਤਲ ਪਿਆਤੀ ਨਾ ਉਸ ਨੇ ਸੀ ਨਾ ਪੀਣੀ ਉਹਦੇ ਬੋਤਲ ਦੇ ਨਾਲ ਤੇ ਹੋਏ ਬੱਚੇ ਵੀ ਬਸ ਭਾਈ ਲੈ ਲੇਜ ਲੈ ਬੋਤਲ ਲੈ ਕੇ ਦਾਪੀ ਨਾਲ ਇੱਥੇ ਬੈਠ ਕੇ ਸਾਹ ਲੈ ਲਓ ਨਾਲੇ ਬੱਚਿਆਂ ਨੂੰ ਖੁਸ਼ ਹੋ ਜਾਣਗੇ ਪੀ ਲਓ ਉਹ ਕੱਲ ਦੀ ਸਾਮੀਆਂ ਦੀ ਵੀ ਤਬੀਅਤ ਖਰਾਬ ਹੋ ਗਈ ਮੇਰੀ ਵੀ ਹੋ ਗਈ ਹੁਣ ਕੱਪੜੇ ਧੋਨੇ ਆ ਬਾਕੀ ਵੀਡੀਓ ਦਾ ਜਿਹੜਾ ਵੀ ਸੀਨ ਹੋਇਆ ਆਪਣੇ ਭੈਣ ਭਾਈਆਂ ਦੇ ਨਾਲ ਸ਼ੇਅਰ ਕਰ ਦਿਓ ਧੋਨੇ ਤੇ ਬਾਕੀ ਮਸ਼ੀਨ ਲੈ ਗਈ ਮਸ਼ੀਨ ਧੋਣ ਲੱਗੀ ਸਵੇਰਾ ਬੇਟੀ ਹਾਜ਼ਰ ਬੇਟੀ ਹੁਣ ਆ ਗਿਆ ਸਕੂਲ ਨੂੰ ਤੇ ਇਹਨਾਂ ਨੂੰ ਦਿੱਤਾ ਖਾਣਾ ਖਾਣਾ ਖਾ ਕੀਆਂ ਸਵੇਰਾ ਬੇਟੀ ਦੀ ਵੀ ਤਬੀਅਤ ਥੋੜੀ ਜਿਹੀ ਅਪਸੈਟ ਆ ਕਿ ਮੰਮਾ ਮਿਲਦਾ ਖਾਣਾ ਨੂੰ ਮੈਂ ਕਿਹਾ ਪਿਤਾ ਨਾਲੇ ਅੰਡਾ ਲੈ ਆਵੋ ਤੇ ਨਾਲੇ ਦੂਧ ਲੈ ਆਵੋ ਚਾਹ ਬਣਾ ਕੇ ਦਿਓ ਮੈਂ ਚਾਹ ਪੀਣੀ ਥੋੜਾ ਜਿਹਾ ਆਰਾਮ ਕਰਦੀ ਧੁੱਪੇ ਫਿਰ ਬਣੂਗੀ ਨਮਾਜ਼ ਤੇ ਬਾਕੀ ਵੀਡੀਓ ਦਾ ਅੱਜ ਇੱਥੇ ਕਰਦੀ ਹਾਂ ਸਾਡੀ ਅੱਜ ਦੀ ਵੀਡੀਓ ਅਗਰ ਮੇਰੇ ਭੈਣ ਭਾਈਆਂ ਨੂੰ ਪਸੰਦ ਆਵੇ ਲਾਈਕ ਔਰ ਸ਼ੇਅਰ ਕਰੀ ਦਿਓ ਦੁਆਵਾਂ 'ਚ ਆਪਣੀ ਭੈਣ ਨੂੰ ਯਾਦ ਰੱਖਿਓ ਮੇਰੀਆਂ ਦੁਆਵਾਂ ਮੇਰੇ ਭੈਣ ਭਾਈਆਂ ਦੇ ਨਾਲ ਆ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਅੱਲਾਹ ਹਾਫਿਜ਼।